ਮੰਮੀ ਮੈਨੂੰ ਤਾਂ ਲੱਗਦਾ ਸੀ ਤੂੰ ਟੈਗੀ, ਪਰ ਤੂੰ ਤਾਂ ਗੋਲੂ ਪਹਿਲਵਾਨ ਵਾਂਗੂ ਦਾਦ ਖਾਏ ਹੋਰ ਮਾਰੇ ਹੋਰ ਕਰਤੀ ਚਿੱਤ। ਪਹਿਲਾਂ ਦੁਸ਼ਮਣ ਦਾ ਜ਼ੋਰ ਵੇਖੀਏ, ਫਿਰ ਮੌਕਾ ਵੇਖ ਕੇ ਚੌਕਾ ਮਾਰ ਦੋ। ਅਜੇ ਤਾਂ ਵੇਖੀ ਜਾਈ, ਤੱਕਲੇ ਵਾਂਗੂ ਸਿੱਧੀ ਕਰਕੇ ਰੱਖੂ। ਆਏ ਹਾਏ ਮਾਂ ਕਿਹਦੀ ਹੈ, ਜਿਵੇਂ ਇੱਕ ਦਿਨ ਚ ਤੂੰ ਆਪਦੀ ਨੂੰਹ ਸਿੱਧੀ ਕਰਤੀ ਨਾ, ਮੈਂ ਵੀ ਸਹੁਰੇ ਜਾਣ ਸਾਰ ਆਪਦੀ ਸੱਸ ਦੀ ਛਾਲ ਚਕਾਤੀ ਸੀ। ਅਜੇ ਤਾਂ ਮੈਂ ਤੈਨੂੰ ਹੋਰ ਬੜੇ ਗੁਰ ਸਿਖਾਉਣੇ। ਠੀਕ ਹੈ। ਓ ਬੇਬੇ, ਆਪਣੀ ਧੀ ਨੂੰ ਗੁਰ ਸਿਖਾਈ ਜਾਨੀ ਹੈ, ਕੋਈ ਗੁਰ ਜਵਾਈ ਨੂੰ ਵੀ ਸਿਖਾ ਦੇ ਆਪਣੇ ਘਰ ਵਾਲੀ ਤੇ ਸੱਸ ਨੂੰ ਸਿੱਧੀ ਕਰਨ ਵਾਸਤੇ। ਨਾ ਤੈਨੂੰ ਕਿਉਂ ਸਿਖਾਵੇ, ਮਾਂ ਤਾਂ ਉਹ ਮੇਰੀ ਹੈ। ਇੰਜ ਚੱਕ ਕੇ ਰੱਖ। ਮੈਂ ਤਾਂ ਕਹਿੰਦਾ ਜਿਵੇਂ ਤੂੰ ਆਪਣੀ ਧੀ ਨੂੰ ਚੱਕਦੀ ਹੈ ਨਾ, ਰੱਬ ਤੈਨੂੰ ਚੱਕੇ, ਭਾਵੇਂ ਚੱਕਣ ਲੱਗੇ ਤੇ ਰੱਬ ਤੇ ਚੁੱਕੀ ਪੈ ਜੇ। ਦਸ ਜਨਾਨੀਆਂ ਜਿੰਨਾ ਅੰਨ ਖਾ ਜਾਂਦੀਆਂ, ਬੈਠੀ ਮਾਰੀ ਜਾਂਦੀਆਂ ਜਬੜੀਆਂ।